ਲਓ ਵੀ ਪੰਜਾਬੀਓ, ਅੱਜ ਫਿਰ ਕੈਨੇਡਾ ਸਰਕਾਰ ਨੇ ਲੱਖਾਂ ਪੰਜਾਬੀਆਂ ਸਮੇਤ 23 ਲੱਖ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕੈਨੇਡਾ ਗਏ ਹੋਏ ਨੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ, ਅਤੇ ਝਟਕਾ ਉਹ ਦਿੱਤਾ ਹੈ ਜਿਹਦੇ ਨਾਲ ਇਹਨਾਂ ਲੱਖਾਂ ਨੂੰ ਉੱਥੋਂ ਵਾਪਸ ਆਉਣਾ ਪੈ ਸਕਦਾ ਹੈ। ਕੁਝ ਦਿਨ ਪਹਿਲਾਂ ਵੀ ਕੈਨੇਡਾ ਦੀ ਸਰਕਾਰ ਨੇ ਹਫ਼ਤਾ ਕੁ ਪਹਿਲਾਂ ਡਬਲ ਮਹਿੰਗਾ, ਦੁੱਗਣਾ ਮਹਿੰਗਾ ਕਰ ਦਿੱਤਾ ਸੀ ਜਿਹੜਾ ਸਟੱਡੀ ਵੀਜ਼ੇ 'ਤੇ ਕੈਨੇਡਾ ਜਾਣਾ। ਅਤੇ ਹੁਣ ਕੈਨੇਡਾ ਦੀ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਵੀ ਜਿਹੜੇ ਵਰਕ ਪਰਮਿਟ 'ਤੇ, ਵਰਕ ਵੀਜ਼ੇ 'ਤੇ 5 ਲੱਖ ਪੰਜਾਬੀਆਂ ਸਮੇਤ 23 ਲੱਖ ਦੇ ਕਰੀਬ ਜਿਹੜੇ ਕੈਨੇਡਾ ਗਏ ਹੋਏ ਨੇ ਉਹਨਾਂ ਨੂੰ 31 ਦਸੰਬਰ ਤੋਂ ਬਾਅਦ ਵਰਕ ਪਰਮਿਟ, ਵਰਕ ਵੀਜ਼ਾ ਜਿਹੜਾ ਉਹ ਅੱਗੇ ਨਹੀਂ ਵਧਾਇਆ ਜਾਏਗਾ, ਨਹੀਂ ਦਿੱਤਾ ਜਾਏਗਾ। ਤਾਂ ਸਿੱਧਾ ਸਿੱਧਾ ਇਹਦਾ ਨਤੀਜਾ ਇਹ ਨਿਕਲਦਾ ਕਿ ਉਹਨਾਂ ਨੂੰ ਵਾਪਸ ਆਉਣਾ ਪੈ ਸਕਦਾ ਹੈ। ਦੇਖੋ 31 ਦਸੰਬਰ ਦੀ ਰਾਤ, ਜਿਹਨੂੰ ਨਵੇਂ ਸਾਲ ਦੀ ਰਾਤ ਕਿਹਾ ਜਾਂਦਾ ਹੈ, ਲੋਕ ਖੁਸ਼ੀਆਂ ਮਨਾਉਂਦੇ ਨੇ, ਜਸ਼ਨ ਮਨਾਉਂਦੇ ਨੇ, ਕਿਉਂਕਿ 1 ਜਨਵਰੀ ਤੋਂ ਨਵਾਂ ਸਾਲ ਸ਼ੁਰੂ ਹੋਣਾ ਹੁੰਦਾ। ਉਹ ਰਾਤ ਲੱਖਾਂ ਘਰਾਂ ਵਾਸਤੇ, ਲੱਖਾਂ ਨੌਜਵਾਨ ਮੁੰਡੇ ਕੁੜੀਆਂ ਵਾਸਤੇ ਦੁੱਖ ਭਰੀ ਅਤੇ ਸਦਮੇ ਭਰੀ ਹੋ ਸਕਦੀ ਹੈ, ਕਿਉਂਕਿ 31 ਦਸੰਬਰ ਤੋਂ ਜਿਹੜਾ ਬਾਅਦ ਵਰਕ ਪਰਮਿਟ, ਵਰਕ ਵੀਜ਼ਾ ਜਿਹੜਾ ਉਹ ਕੈਨੇਡਾ ਸਰਕਾਰ ਅੱਗੇ ਵਧਾਉਣ ਤੋਂ ਨਾ ਕਰ ਰਹੀ ਹੈ। ਇਹ ਵੱਡੀ ਖਬਰ ਆ ਰਹੀ ਮੀਡੀਆ ਦੇ ਵਿੱਚ, ਵੱਡੀ ਚਰਚਾ ਇਸ ਖਬਰ ਦੀ ਫੈਲ ਚੁੱਕੀ ਹੈ, ਔਰ ਤੁਸੀਂ ਅੱਜ ਇਹਦੇ ਉੱਪਰ ਆਪਣਾ ਕਮੈਂਟ ਜ਼ਰੂਰ ਲਿਖਿਓ। ਤੁਹਾਨੂੰ ਇਹ ਕੈਨੇਡਾ ਸਰਕਾਰ ਦਾ ਫੈਸਲਾ ਕਿਵੇਂ ਲੱਗਦਾ, ਕਿਉਂ ਕੀਤਾ ਲੱਗਦਾ, ਇਹਦੇ ਕਾਰਨ ਕੀ ਹੋ ਸਕਦੇ ਨੇ? ਦੇਖੋ, ਮੈਨੂੰ ਇਹ ਲੱਗਦਾ ਕਿ ਜਦੋਂ ਭਾਰਤ ਸਰਕਾਰ ਅਤੇ ਕੈਨੇਡਾ ਸਰਕਾਰ ਦੇ ਸੰਬੰਧ ਖਰਾਬ ਹੋਏ ਸੀ, ਤਣਾਤਣੀ ਹੋਈ ਸੀ ਨਿੱਜਰ ਕਤਲਕਾਂਡ ਤੋਂ ਬਾਅਦ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੇ ਉੱਪਰ ਭਾਰਤ ਦੀਆਂ ਏਜੰਸੀਆਂ 'ਤੇ ਦੋਸ਼ ਲਾਇਆ ਸੀ, ਤਾਂ ਉਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਜਿਹੜੇ ਡਿਪਲੋਮੈਟ, ਰਾਜਦੂਤ ਸੀ, ਉਹਨਾਂ ਨੂੰ ਜਾਣ ਲਈ ਕਹਿਤਾ ਸੀ। ਫਿਰ ਭਾਰਤ ਨੇ ਸਭ ਤੋਂ ਪਹਿਲਾਂ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ਾ ਦੇਣ ਦੇ ਉੱਪਰ ਰੋਕ ਲਾਈ ਸੀ, ਤਾਂ ਉਹਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈਣਾ ਸੀ। ਤਣਾਤਣੀ ਬੇਸ਼ੱਕ ਸਰਕਾਰਾਂ ਦੀ ਸੀ, ਸਿਆਸਤਾਂ ਦੀ ਸੀ, ਪਰ ਉਹਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈਣਾ ਹੈ। ਲੜਾਈ ਹੋਵੇ, ਜੰਗ ਹੋਵੇ ਜਾਂ ਤਣਾਤਣੀ ਹੋਵੇ, ਆਮ ਜਨਤਾ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ। ਤਾਂ ਆਹ ਸ਼ੁਰੂ ਹੋ ਗਿਆ ਕੰਮ। ਕੈਨੇਡਾ ਦੀ ਸਰਕਾਰ ਨੇ ਜਿਹੜਾ 1 ਹਫ਼ਤੇ 'ਚ 2 ਵਾਰ ਵੱਡਾ ਝਟਕਾ ਦਿੱਤਾ ਹੈ, ਖਾਸ ਕਰ ਵੱਡੀ ਗਿਣਤੀ ਜਿਹੜੇ ਭਾਰਤੀ ਨੇ ਉਹੀ ਉੱਥੇ ਜਾਂਦੇ ਨੇ ਕੈਨੇਡਾ ਦੇ ਵਿੱਚ, ਲੱਖਾਂ ਦੀ ਗਿਣਤੀ 'ਚ ਪੰਜਾਬੀ ਜਾਂਦੇ ਨੇ, ਕਈਆਂ ਨੇ ਜਾਣਾ ਹੁੰਦਾ ਅਤੇ ਲੱਖਾਂ ਪਹੁੰਚੇ ਹੋਏ ਨੇ। ਪਹਿਲਾਂ ਤਾਂ ਹਫ਼ਤਾ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਇਹ ਕਰ ਦਿੱਤਾ ਵੀ ਦੁੱਗਣਾ ਮਹਿੰਗਾ ਕਰਤਾ, ਡਬਲ ਮਹਿੰਗਾ, ਜਿਹੜੀ GIC ਕਹਿੰਦੇ ਨੇ ਬੈਕ ਮਨੀ, ਜਿਹੜਾ ਖਾਤੇ 'ਚ ਪੈਸਾ ਦਿਖਾਉਣਾ ਹੁੰਦਾ, ਉਹ ਪਹਿਲਾਂ 6-6.5 ਲੱਖ ਰੁਪਈਆ ਸੀ, ਹੁਣ ਇਹਨਾਂ ਨੇ ਵਧਾ ਕੇ ਉਹ ਕਰ ਦਿੱਤਾ 12-13 ਲੱਖ ਰੁਪਈਆ ਕੈਨੇਡਾ ਦੀ ਸਰਕਾਰ ਨੇ 1 ਹਫ਼ਤਾ ਪਹਿਲਾਂ, ਮਤਲਬ $10,000 ਤੋਂ $20,635 ਕਰ ਦਿੱਤੇ ਉਹਨਾਂ ਨੇ। ਉਹ ਬਹੁਤ ਵੱਡਾ ਝਟਕਾ ਜਿਨ੍ਹਾਂ ਨੇ ਜਾਣਾ ਉਹਨਾਂ ਲਈ, ਅਤੇ ਜਿਹੜੇ ਗਏ ਹੋਏ ਆ ਉਹਨਾਂ ਲਈ ਆਹ ਹੁਣ ਨਵਾਂ ਵੱਡਾ ਝਟਕਾ ਵੀ 31 ਦਸੰਬਰ ਤੋਂ ਬਹੁਤ ਵੱਡੀ ਗਿਣਤੀ ਨੇ ਜਿਹੜੇ ਵਰਕ ਵੀਜ਼ੇ 'ਤੇ, ਵਰਕ ਪਰਮਿਟ 'ਤੇ ਗਏ ਨੇ, ਅਤੇ ਉਹਨਾਂ ਦਾ ਹੁਣ ਅੱਗੇ ਵਧਾਉਣ ਤੋਂ ਇਨਕਾਰ ਕਰ ਦਿੱਤਾ ਹੈ ਵੀ 31 ਦਸੰਬਰ ਤੋਂ ਅੱਗੇ ਨਹੀਂ ਵਧੇਗਾ। ਤਾਂ ਮੈਨੂੰ ਲੱਗਦਾ ਕਿ ਹੁਣ ਲੋਕਾਂ ਨੂੰ ਇਕੱਠੇ ਹੋ ਕੇ ਇੱਥੋਂ ਦੇ ਸਿਸਟਮ 'ਤੇ, ਇੱਥੋਂ ਦੀਆਂ ਸਰਕਾਰਾਂ 'ਤੇ, ਇੱਥੋਂ ਦੀਆਂ ਸਿਆਸਤਾਂ ਦੇ ਉੱਪਰ ਦਬਾਅ ਬਣਾਉਣਾ ਚਾਹੀਦਾ, ਪੁੱਛਣਾ ਚਾਹੀਦਾ ਕਿ ਸਾਨੂੰ ਦੱਸੋ ਕੀ ਕਾਰਨ ਹੈ ਕਿ ਕੈਨੇਡਾ, ਅਮਰੀਕਾ ਦੇ ਵਿੱਚ ਸਭ ਕੁਝ ਵਧੀਆ ਹੈ, ਉੱਥੇ ਲੋਕ ਜਾਣਾ ਪਸੰਦ ਕਰਦੇ ਨੇ, ਅਤੇ ਇੱਥੇ ਰਹਿਣਾ ਕਿਉਂ ਨਹੀਂ ਪਸੰਦ ਕਰਦੇ? ਕੀ ਕਾਰਨ ਹੈ ਜਦੋਂ ਧਰਤੀ ਇੱਕੋ ਜਿਹੀ, ਅਸਮਾਨ ਇੱਕੋ ਜਿਹਾ, ਸਭ ਕੁਝ ਇੱਕੋ ਜਿਹਾ, ਤਾਂ ਫਿਰ ਕਾਰਨ ਕੀ ਹੈ? ਇੱਥੇ ਸਰਕਾਰਾਂ ਕੰਮ ਨਹੀਂ ਦਿੰਦੀਆਂ, ਰੁਜ਼ਗਾਰ ਨਹੀਂ ਦਿੰਦੀਆਂ, ਵਧੀਆ ਜ਼ਿੰਦਗੀ ਨਹੀਂ ਦਿੰਦੀਆਂ, ਅਤੇ ਉੱਥੇ ਸਭ ਕੁਝ ਇੱਥੋਂ ਨਾਲੋਂ ਬਿਹਤਰ ਹੈ, ਭਾਵੇਂ ਸਭ ਕੁਝ ਠੀਕ ਨਹੀਂ ਹੈ ਪਰ ਬਿਹਤਰ ਹੈ ਮੁਕਾਬਲੇ 'ਚ, ਤਾਂ ਫਿਰ ਇਹ ਸਭ ਕੁਝ ਕਿਉਂ ਹੈ?
ਇਹਦਾ ਕਾਰਨ ਸਿੱਧਾ ਸਿੱਧਾ ਸਰਕਾਰਾਂ ਦੀਆਂ ਨੀਤੀਆਂ ਨੇ, ਪਾਲਿਸੀਆਂ ਨੇ, ਔਰ ਇਸੇ ਨੀਤੀਆਂ ਪਾਲਿਸੀਆਂ ਦੇ ਵਿੱਚੋਂ ਇਹ ਬੇਰੁਜ਼ਗਾਰੀ, ਮੰਦਹਾਲੀ, ਕੰਗਾਲੀ ਪੈਦਾ ਹੁੰਦੀ ਹੈ, ਤਾਂ ਉਹਦੇ ਮਾਰੇ ਹੋਏ ਨੌਜਵਾਨ ਲੋਕ ਨੇ ਜਿਹੜੇ ਮੁੰਡੇ ਕੁੜੀਆਂ ਮੁਟਿਆਰਾਂ ਨੇ, ਉਹ ਉੱਥੇ ਬਾਹਰ ਜਾ ਕੇ ਗੋਰਿਆਂ ਦੇ ਪੋਚੇ ਲਾਉਂਦੇ ਆ, ਖੇਤਾਂ 'ਚ ਕੰਮ ਕਰਦੇ ਆ, ਲੈਟਰੀਨਾਂ ਸਾਫ਼ ਕਰਦੇ ਆ, ਕਿਉਂਕਿ ਕੰਮ ਇੱਥੇ ਵੀ ਜਵਾਨੀ ਕਰਨ ਨੂੰ ਤਿਆਰ ਹੈ, ਪਰ ਉੱਥੇ ਜਾ ਕੇ ਕਿਉਂ ਕਰਦੇ ਨੇ? ਕਿਉਂਕਿ ਉੱਥੇ ਕੰਮ ਦੀ ਕੀਮਤ ਮਿਲਦੀ ਹੈ। ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਸਾਡੀ ਜਵਾਨੀ ਆ ਜਿਹੜੀ ਇਹ ਵਿਹਲੜ ਆ, ਇਹ ਕੰਮ ਨਹੀਂ ਕਰਦੀ, ਅਤੇ ਉਹੀ ਮੁੰਡੇ ਕੁੜੀਆਂ ਜਦੋਂ ਕੈਨੇਡਾ, ਅਮੈਰੀਕਾ, ਆਸਟ੍ਰੇਲੀਆ ਚਲੇ ਜਾਂਦੇ ਨੇ ਤਾਂ ਉਹ ਦੂਰੀਆਂ ਦੂਰੀਆਂ ਸ਼ਿਫਟਾਂ ਲੈ ਕੇ ਦਿਨੇ ਅਤੇ ਰਾਤ ਕੰਮ ਕਰਨ ਲੱਗ ਪੈਂਦੇ ਨੇ। ਕਿਉਂ? ਕਿਉਂਕਿ ਉੱਥੇ ਕੰਮ ਦੀ ਕੀਮਤ ਮਿਲਦੀ ਹੈ, ਉੱਥੇ ਕੰਮ ਦਾ ਮੁੱਲ ਮਿਲਦਾ, ਉੱਥੇ ਮੁੱਲ ਪੈਂਦਾ ਕਿਰਤ ਕੀਤੀ ਦਾ, ਇੱਥੇ ਪੈਂਦਾ ਹੀ ਨਹੀਂ। ਦਿਨ ਰਾਤ ਲੋਕਾਂ ਨੇ ਕੰਮ ਕਰਕੇ ਵੇਖ ਲਿਆ, ਤਿੰਨ ਤਿੰਨ ਚਾਰ ਚਾਰ ਪੀੜ੍ਹੀਆਂ ਦਾ ਇਤਿਹਾਸ ਹੈ ਲੋਕਾਂ ਕੋਲ, ਜਿਨ੍ਹਾਂ ਨੇ ਸਭ ਤੋਂ ਵੱਧ ਕੰਮ ਕੀਤਾ ਮਜ਼ਦੂਰਾਂ ਨੇ, ਉਹਨਾਂ ਦੇ ਹਾਲਾਤ ਵੇਖ ਲਓ, ਬੜੀ ਭੈੜੀ ਜ਼ਿੰਦਗੀ ਹੈ। ਕਿਸਾਨਾਂ ਦੇ ਵੇਖ ਲਓ, ਜਿਨ੍ਹਾਂ ਨੇ ਕੰਮ ਵੱਧ ਕੀਤਾ ਉਹ ਇੱਥੇ ਮਾੜੀ ਹਾਲਤ 'ਚ ਨੇ, ਵਿਹਲੇ ਇੱਥੇ ਮੌਜਾਂ ਲੁੱਟਦੇ ਨੇ। ਇਸੇ ਕਰਕੇ ਇੱਥੇ ਕਿਸੇ ਦਾ ਕੰਮ ਕਰਨ ਨੂੰ ਮਨ ਨਹੀਂ ਕਰਦਾ ਅਤੇ ਵਿਦੇਸ਼ਾਂ 'ਚ ਜਾ ਕੇ ਉਹੀ ਕੰਮ ਕਰਨ ਲੱਗ ਜਾਂਦੇ ਨੇ। ਸੋ ਕੈਨੇਡਾ ਸਰਕਾਰ ਨੇ ਇਹ ਜਿਹੜਾ ਵੱਡਾ ਝਟਕਾ ਦਿੱਤਾ ਹੈ, ਤੁਹਾਨੂੰ ਇਹ ਝਟਕਾ ਕਿੱਦਾਂ ਦਾ ਲੱਗਦਾ? ਤੁਸੀਂ ਆਪਣਾ ਵਿਚਾਰ ਜ਼ਰੂਰ ਲਿਖਿਓ। ਮੈਨੂੰ ਲੱਗਦਾ ਕਿ ਲੋਕਾਂ ਨੂੰ ਇਕੱਠੇ ਹੋ ਕੇ ਹੁਣ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ, ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਜਿਵੇਂ ਆਸਟ੍ਰੇਲੀਆ ਦੇ ਵਿੱਚ ਵੀ ਉੱਥੋਂ ਦੀ ਜਿਹੜੀ ਸਰਕਾਰ ਹੈ ਉਹ ਚੂੜੀ ਟਾਈਟ ਕਰ ਰਹੀ ਹੈ, ਜਿਵੇਂ ਕੈਨੇਡਾ ਨੇ ਕਰਤੀ, ਆਸਟ੍ਰੇਲੀਆ ਵਾਲੇ ਵੀ ਕਰ ਰਹੇ ਨੇ, ਅਮੈਰੀਕਾ ਵਾਲੇ ਵੀ ਕਰ ਰਹੇ ਨੇ। ਇਹ ਬਾਹਰ ਬਹੁਤ ਲੰਬਾ ਟਾਈਮ, ਲੱਖਾਂ ਬਾਹਰ ਤੁਰੇ ਜਾਣਗੇ, ਇਹ ਕੰਮ ਨਹੀਂ ਚੱਲਣਾ। ਇੱਥੇ ਹੀ ਝੰਡਾ ਗੱਡਣਾ ਪੈਣਾ, ਇੱਥੇ ਹੀ ਸਿਸਟਮ ਸੁਧਾਰਨਾ ਪੈਣਾ, ਇੱਥੇ ਹੀ ਸਰਕਾਰਾਂ ਅਤੇ ਸਿਆਸਤਾਂ ਜਿਹੜੀਆਂ ਨੇ ਉਹ ਠੀਕ ਕਰਨੀਆਂ ਪੈਣੀਆਂ ਨੇ, ਤਾਂ ਕਿ ਇੱਥੇ ਹੀ ਜ਼ਿੰਦਗੀ ਵਧੀਆ ਅਤੇ ਰਹਿਣ ਯੋਗ, ਜਿਉਣ ਯੋਗ ਬਣ ਸਕੇ। ਬਹੁਤ ਮਿਹਰਬਾਨੀ, ਸ਼ੁਕਰੀਆ।